ਸਾਈਕਲ ਜਾਂ ਸਾਈਕਲ ਲੈ ਦਿਨਾਂ ਰਾਤ ਮਿਹਨਤ ਅੰਕੀ ਕਰੋ ਸਾਈਕਲ जी अस्सलाम वालेकुम शाह जी। शाह जी माशाल्लाह मैं तुहाडे कोल इत्थे आया, मेरा बड़ा दिल खुश होया। माशाल्लाह तुसी जानवरों की खिदमत कर रहे जिस तरह, और जिस तरह माशाल्लाह तुसी देखो इन्हां नूं इन्हां वास्ते हर जिहड़ी सहूलत है कोशिश की गई कि इन्हूं हर तरीके दे नाल जिहड़ा आराम पहुँचे और इन्हां दी खिदमत होवे अच्छे तरीके नाल। शाह जी माशाल्लाह तुसी दस्सिया जी इह जिहड़ा अपने कोल जिहड़ा इह नुकरा घोड़ा जी, इस टाइम इहदी उम्र जिहड़ी नुकरे दी 5 साल दा जी, इह 5 साल दा हो गया। ਤੇ ਇਹ ਸ਼ਾਹ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਮਾਸ਼ਾਅੱਲਾ ਤੁਸੀਂ ਲਿਆ ਸੀ? ਆਜ਼ਾਦ ਕਸ਼ਮੀਰ ਮੀਰਪੁਰ ਤੋਂ ਲਿਆਂਦਾ ਸਰ। ਮੀਰਪੁਰ ਤੋਂ? ਅੱਛਾ ਸ਼ਾਹ ਜੀ ਇਹ ਤੁਸੀਂ ਦੱਸਿਆ ਜੇ ਕਿ ਇਹਦੀ ਖੁਰਾਕ ਦੇ ਬਾਰੇ ਦੱਸਿਆ ਜੇ ਕਿ ਕੀ ਚੀਜ਼ ਜ਼ਿਆਦਾ ਬੈਸਟ ਹੈਗੀ? ਇਹਨਾਂ ਨੂੰ ਦਾਣਾ ਪਾਉਂਦੇ ਆ, ਚੋਕਰ ਦਾਣਾ ਔਰ ਤੂੜੀ ਇਹ ਸਵੇਰ ਦੇ ਟਾਈਮ ਤੇ, ਬਾਕੀ ਸਬਜ਼ ਚਾਰਾ ਜਿਹੜਾ ਉਹ ਜਿਹੜਾ ਮੁਖਤਲਿਫ ਟਾਈਮ ਹੈ ਜਿਹੜਾ ਚਾਰਾ ਹੁੰਦਾ ਹੈ ਜੀ ਜੀ, ਉਹਦੇ ਵਿੱਚ ਲੂਸਣ ਸਾਡੇ ਕੋਲ ਹੁੰਦਾ ਹੈ, ਲੂਸਣ ਅਸੀਂ ਆਪੇ ਲਾਉਂਦੇ ਹਾਂ ਜੀ ਜੀ, ਲੂਸਣ ਇਹਨਾਂ ਨੂੰ ਦਿੰਦੇ ਹਾਂ ਜਾਂ ਸ਼ਟਾਲਾ ਹੋ ਜਾਂਦਾ ਜਾਂ ਚਰੀ ਹੋ ਜਾਂਦੀ ਹੈ ਜੀ ਜੀ, ਇਹ ਅਸੀਂ ਮਤਲਬ ਸਬਜ਼ ਚਾਰਾ ਜਿਹੜਾ ਨਾ ਇਹਨਾਂ ਨੂੰ ਦਿੰਦੇ ਹਾਂ। ਅੱਛਾ ਸ਼ਾਹ ਜੀ ਘੋੜ ਵੀ ਤੁਸੀਂ? ਉਸ ਤੋਂ ਇਲਾਵਾ ਇਹਨਾਂ ਨੂੰ ਘਾਹ ਜਿਹੜਾ ਉਹ ਖੱਬਲ ਘਾਹ ਜਿਹੜਾ ਜੜਾਂ ਵਾਲਾ ਹੁੰਦਾ ਉਹ ਅਸੀਂ ਇਹਨਾਂ ਵਾਸਤੇ ਸਪੈਸ਼ਲ ਲੈ ਕੇ ਆਉਂਦੇ। ਸ਼ਾਹ ਜੀ ਉਹ ਘਾਹ ਨੂੰ ਤੁਸੀਂ ਬੈਸਟ ਸਮਝਦੇ ਜੀ ਮਾਸ਼ਾਅੱਲਾ ਖੁਰਾਕ ਵਾਸਤੇ ਬਹੁਤ ਅੱਛਾ, ਉਹ ਇਹਨਾਂ ਵਾਸਤੇ ਇਸ ਤਰ੍ਹਾਂ ਹੁੰਦਾ ਦਾਣੇ ਨਾਲ ਵੀ ਜ਼ਿਆਦਾ ਮੁਨਾਸਬ ਹੁੰਦਾ, ਯਾਨੀ ਕਿ ਇਹਨਾਂ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਤਕਰੀਬਨ ਖੁਰਾਕ ਦੇ ਵਿੱਚੋਂ ਸਭ ਨਾਲੋਂ ਬੈਸਟ ਆਪਣੀ ਹੈਸੀਅਤ ਰੱਖਦਾ। ਅਤੇ ਇਸ ਤੋਂ ਇਲਾਵਾ ਫਿਰ ਇੱਕ 15 ਦਿਨਾਂ ਬਾਅਦ ਇਹਨਾਂ ਨੂੰ ਮਸਾਲਾ ਮੁਖਤਲਿਫ ਕਿਸਮ ਦਾ ਦਿੰਦੇ ਹਾਂ ਅਸੀਂ ਜੀ ਜੀ, ਜਿਹੜਾ ਇਹਦੇ ਨਾਲ ਪੇਟ ਜਿਹੜਾ ਠੀਕ ਰੱਖਦਾ, ਔਰ ਫਿਰ ਇਹਨਾਂ ਦੇ ਪਿਸ਼ਾਬ ਵਾਸਤੇ ਇੱਕ ਮਸਾਲਾ ਬਣਿਆ ਹੁੰਦਾ ਉਹ ਦਿੰਦੇ ਹਾਂ, ਡਾਕਟਰ ਦੀ ਦਵਾਈਆਂ ਮੈਡੀਸਨ ਦਿੰਦੇ ਹਾਂ ਜਿਹੜਾ ਕਿ ਪੇਟ ਦੇ ਕੀੜੇ ਖਤਮ ਕਰਨ ਵਾਸਤੇ ਹੁੰਦੀਆਂ ਨੇ ਜੀ ਜੀ, ਡਾਕਟਰ ਦੀ ਵਿਜ਼ਿਟ ਹੁੰਦੀ ਹੈ ਹਰ ਮਹੀਨੇ ਇੱਕ ਵਾਰੀ ਜੀ ਜੀ। ਸ਼ਾਹ ਜੀ ਜ਼ਿਆਦਾਤਰ ਤੁਸੀਂ ਕੀ ਯਾਨੀ ਕਿ ਮੁਨਾਸਬ ਸਮਝਦੇ ਜੇ ਜਾਂ ਸੁਜੈਸ਼ਨ ਦਿੰਦੇ ਜੇ ਕਿ ਇਹ ਘੋੜਿਆਂ ਵਾਸਤੇ ਦੇਸੀ ਦਵਾਈ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਜਾਂ ਅੰਗਰੇਜ਼ੀ ਵੀ ਇਸਤੇਮਾਲ ਕਰ ਲਈਏ ਤਾਂ ਠੀਕ ਹੈ? ਨਹੀਂ, ਅੰਗਰੇਜ਼ੀ ਉਸ ਵਕਤ ਅਸੀਂ ਇਸਤੇਮਾਲ ਕਰਦੇ ਹਾਂ ਜਦੋਂ ਮਤਲਬ ਘੋੜੇ ਨੂੰ ਕੋਈ ਸਪੈਸ਼ਲ ਕੋਈ ਮਰਜ਼ ਐਸੀ ਹੋ ਜਾਵੇ। ਨਾਰਮਲ ਖੁਰਾਕ ਵਾਸਤੇ ਇਹਦੇ ਵਾਸਤੇ ਦੇਸੀ ਜਿਹੜੀ ਮੈਡੀਸਨ ਬਣੀਆਂ ਹੋਈਆਂ ਨੇ ਉਹ ਜਿਹੜੇ ਮਸਾਲੇ ਬਣੇ ਹੋਏ ਨੇ ਉਹ ਬਹੁਤ ਜ਼ਰੂਰੀ ਹੁੰਦੇ ਨੇ, ਜਿਹਦੇ ਨਾਲ ਪੇਟ ਠੀਕ ਰਹਿੰਦਾ ਇਹਨਾਂ ਦਾ, ਪੇਟ ਇਹਨਾਂ ਦੇ ਵਿੱਚ ਜਿਹੜੇ ਨਾਰਮਲ ਕੀੜੇ ਜਾਂ ਬਾਦੀ ਅਸ ਖਤਮ ਕਰਨ ਵਾਸਤੇ ਹੁੰਦੀ ਹੈ, ਉਹ ਪਿਸ਼ਾਬ ਦੇ ਮਸਲੇ ਵਾਸਤੇ ਉਹ ਜਿਹੜੇ ਦੇਸੀ ਦਵਾਈ ਹੁੰਦੀ ਉਹ ਬਹੁਤ ਅੱਛੀ ਰਹਿੰਦੀ। ਸ਼ਾਹ ਜੀ ਇਸ ਟਾਈਮ ਮਾਸ਼ਾਅੱਲਾ ਘੋੜੇ ਦਾ ਕੱਦ ਜਿਹੜਾ ਹੈਗਾ ਉਹ ਕਿੰਨਾ ਕੁ ਹੋ ਗਿਆ? ਇਹਦਾ ਜੇ ਕੱਦ 63 ਇੰਚ ਜੇ। ਅੱਛਾ ਜੀ, ਇਹਦੀ ਹਾਈਟ ਜਿਹੜੀ 63 ਇੰਚ ਹੈ। 63 ਇੰਚ ਹੋ ਗਈ ਜੇ। ਅਤੇ ਇਹ ਸ਼ਾਹ ਜੀ ਤੁਸੀਂ ਖੱਸੀ ਵੀ ਕਰਵਾ ਦਿੱਤਾ ਜੀ? ਜੀ ਇਹ ਖੱਸੀ। ਅੱਛਾ ਮਾਸ਼ਾਅੱਲਾ ਜੀ, 63 ਇੰਚ ਜਨਾਬ ਇਹ ਕੱਦ ਹੋ ਗਿਆ। ਲਓ ਜੀ ਮਾਸ਼ਾਅੱਲਾ ਅਸੀਂ ਤੁਹਾਨੂੰ ਜਨਾਬ ਇਸ ਵੀਡੀਓ ਦੇ ਵਿੱਚ ਸ਼ਾਹ ਜੀ ਦਾ ਸ਼ੌਕ ਦਿਖਾ ਰਹੇ ਹਾਂ, ਅਤੇ ਮਾਸ਼ਾਅੱਲਾ ਇਹ ਜਿਹੜੇ ਜਾਨਵਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਫੋਰ ਸੇਲ ਨਹੀਂ ਹੈ, ਇਹਨਾਂ ਨੇ ਇਨਸ਼ਾਅੱਲਾ ਤਾਲਾ ਦੇਖੋ ਹੈ ਇਹ ਹਰ ਚੀਜ਼ ਜਿਹੜੀ ਉਹ ਪੱਖੇ ਛੱਕੇ ਲੱਗੇ ਹੋਏ ਨੇ ਮਾਸ਼ਾਅੱਲਾ ਖਿਦਮਤ ਵਾਸਤੇ, ਠੰਡੀਆਂ ਹਵਾਵਾਂ ਆ ਰਹੀਆਂ ਜੇ, ਅਤੇ ਇਹ ਤੁਸੀਂ ਥੱਲੇ ਵੀ ਜਗ੍ਹਾ ਤੁਸੀਂ ਦੇਖੋ ਬਹੁਤ ਅੱਛਾ ਔਰ ਖੂਬਸੂਰਤ ਇੰਤਜ਼ਾਮ ਕੀਤਾ ਹੋਇਆ। ਹਾਂਜੀ, ਸਫਾਈ ਦਾ ਬਹੁਤ ਅੱਛਾ ਇੰਤਜ਼ਾਮ ਕੀਤਾ, ਹਵਾਦਾਰ ਅਲਮਾਰੀਆਂ ਵਗੈਰਾ ਬਣਾਈਆਂ ਹੋਈਆਂ ਨੇ, ਦੇਖੋ ਹਰ ਚੀਜ਼ ਜਿਹੜੀ ਹੈ ਬਾਹਰੋਂ ਤਾਜ਼ਾ ਹਵਾ ਵੀ ਉਹ ਆ ਰਹੀ ਹੈ। ਅਤੇ ਜਨਾਬ ਮਾਸ਼ਾਅੱਲਾ ਅੱਛੇ ਜਾਨਵਰ ਵੀ ਬਹੁਤ ਅੱਛਾ ਹੈ, ਔਰ ਜੀ ਸ਼ਾਮ ਨੂੰ ਬਾਹਰ ਜਾਨਵਰ ਨਿਕਲ ਜਾਂਦੇ ਨੇ। ਅੱਛਾ ਸ਼ਾਹ ਜੀ, ਜਿਹੜਾ ਦੂਸਰਾ ਵਛੇਰਾ ਹੈਗਾ ਆਪਣੇ ਕੋਲ ਹੈ, ਇਹ ਇਹਦੀ ਉਮਰ ਕਿੰਨੀ ਹੋ ਗਈ ਇਸ ਟਾਈਮ? ਜੀ ਇਹ 3 ਸਾਲ ਦਾ ਹੋ ਗਿਆ ਜੀ। ਠੀਕ ਹੈ, ਅਤੇ 3 ਸਾਲ ਦਾ ਇਹ ਕਿਹੜੀ ਜਗ੍ਹਾ ਤੋਂ ਸ਼ਾਹ ਜੀ ਲਿਆ ਸੀ? ਅਸੀਂ ਲਾਹੌਰ ਤੋਂ ਲਿਆ ਸੀ, ਸਾਡੇ ਇੱਕ ਦੋਸਤ ਨੇ ਉਹਨਾਂ ਦੇ ਕੋਲੋਂ ਸਾ, ਉਹਨਾਂ ਨੇ ਬਚਪਨ ਬੱਚਾ ਪਾਲਿਆ ਸੀ ਔਰ ਅਸੀਂ ਇਹ ਉਹਨਾਂ ਕੋਲੋਂ ਲਿਆ ਸੀ, 1 ਸਾਲ ਦਾ ਸੀ ਉਹ। ਅੱਛਾ, ਬੱਚਾ ਹੀ ਲਿਆਂਦਾ ਸੀ? ਬੱਚਾ ਲਿਆਂਦਾ। ਅਤੇ 2 ਸਾਲ ਮਾਸ਼ਾਅੱਲਾ ਤੁਹਾਡੇ ਕੋਲ ਹੋ ਗਏ ਨੇ? ਠੀਕ ਹੈ, ਔਰ ਤੁਸੀਂ ਕੀ ਕਹਿ ਰਹੇ ਸੀ ਕਿ ਜਿਹਨਾਂ ਕੋਲੋਂ ਲਿਆ ਤੁਸੀਂ ਉਹ ਖੁਦ ਦੇਖਣ ਵਾਸਤੇ ਵੀ ਆਏ ਸੀ ਬਾਅਦ ਦੇ ਵਿੱਚ? ਇਹਨਾਂ ਪਿਛਲੇ ਦਿਨਾਂ 'ਚ ਉਹਨਾਂ ਦੇ ਫੈਮਿਲੀ ਔਰ ਪੂਰੇ ਉਹਨਾਂ ਨੇ ਕਿਉਂਕਿ ਬਚਪਨ 'ਚ ਪਾਲਿਆ ਸੀ ਬੱਚੇ ਜੀ ਜੀ ਪਿਆਰ ਹੋ ਗਿਆ ਸੀ। ਹਾਂਜੀ, ਤਕਰੀਬਨ 1 ਮਹੀਨਾ ਸਾਡੇ ਕੋਲ ਪਹਿਲੇ ਆਏ ਸਨ ਲਾਹੌਰ ਤੋਂ, ਉਹ ਦੇਖਣੇ ਅਸੀਂ ਸ਼ਾਹ ਸਾਹਿਬ ਜੀ ਔਰ ਬੜੇ ਖੁਸ਼ ਹੋਏ ਉਹਨਾਂ ਨੇ ਦੇਖਿਆ ਆਪਣਾ ਜਿਹੜਾ ਚਿਹਰਾ ਸੀ ਇਹ ਵੀ ਮਾਸ਼ਾਅੱਲਾ ਹੁਣ ਇਹਦਾ ਕੱਦ ਜਿਹੜਾ ਠੀਕ ਠਾਕ ਹੋ ਗਿਆ ਔਰ ਤਕਰੀਬਨ 58 ਇੰਚੀ ਇਹਦਾ ਵੀ ਕੱਦ ਹੋ ਗਿਆ ਜੀ। 58 ਹੋ ਗਿਆ ਜੀ, ਉਹ ਇਹਦਾ ਕੱਦ ਹੋ ਠੀਕ ਠਾਕ ਹੋਰ ਮਾਸ਼ਾਅੱਲਾ ਵੱਧ ਜਾਏਗਾ।
लो जी नाजरीन, ये शाह जी ने रिक्वेस्ट की थी, दरख्वास्त की थी कि शाह जी सानू जरा माशाल्लाह अपना शौक भी दिखावन, तो इसलिए उन्होंने जनाब मंजूरी दे दी है। तो हम जानवर जरा असं तुम बहर दिखाने लगे हैं, माशाल्लाह इन्हें टोरा शोरा इन असं तुम दिखावे, और शाह जी का शौक भी तुम सू कमेंट करके जरूर दसिया जे कि तुम्हें ये शौक किस तरह का लग्या। जेकर तुहाडे कोल भी जनाब इस तरह का शौक है और तुसी रख्या है तो जनाब तुसी जरूर सानू जड़ा वो दसो ताकि असी भी दोस्तों के नाल बेलियां नाल जनाब तुहाडा शौक शेयर करिए। तो मेरा भी नंबर तुसी नोट कर सकते जे 0334-41-25-962। तो ये जनाब मेरा नंबर तुसी तुहाडे कोल आ गया, ये व्हाट्सएप भी यही है। तो लो जनाब असी चलने हैं। लो जी माशाल्लाह बहुत ही खूबसूरत, बहुत खूबसूरत। और से जी गर्दन चुकाओ इन थोड़ी जी, चुकाइए जी, चुकाओ तो वह चको है हूँ, टोरो इन हूँ इन टोरो। लो जी साढ़े चैनल जनाब सबसक्राइब तुम्हें करना जी, वीडियो पूरी वेखनी है जनाब। लो जी शाह अच्छा। लो जनाब पूरी वीडियो वेखनी जे, लाइक करना जे, वीडियो ने ज्यादा से ज्यादा दोस्तों के नाल शेयर करना है। तो जे इस तरह तुहाडे कोल भी कोई शौक है तो जनाब इस शौक नूं दिखाओ, सानू भी दिखाओ, उस बेलियां नूं भी दिखाओ। तो माशाल्लाह एक होर इन्हां कोल शेयर है 3 साल का, असी उसकी भी जनाब तुम ट्राई शराई तो तुम दिखाने माशाल्लाह।
लो जी माशाल्लाह जी, बहुत खूबसूरत बछेरा है जी। ये भी जनाब 3 साल इस जनाब बछेरे की उम्र हैगी जी। तो ये शौक की जनाब वीडियो तुम देख रहे जे, कई दोस्त कहते हैं जी ये नहीं बेचना, ये नहीं बेचना। नहीं सर, ये नहीं बेचना। माशाल्लाह जी खूबसूरत चीज़ा है ने जी, दोवें घोड़े खूबसूरत चीज़ा ने। माशाल्लाह खूबसूरत चीज जी, माशाल्लाह गामचियां गुमचियां तुसी देखो, बिल्कुल खूबसूरत गामचियां जे, ओ ही तीन तीन उंगलों की गामची हैगी है। हाँ जी, तीन उंगल की गामची है। हाँ जी, दो साल कम है, दो साल कम है क्या? ये 5 साल तक वादा ही रहता है। हाँ जी, लो जी माशाल्लाह तुसी अच्छी गल जी। हाँ भाई जाओ नमाज तो। हाँ, मुंडे नु फड़ाना जे जी। हाँ जी, अभी तो रस तो काट दो। ओ कमले जी, लो जी माशाल्लाह। चले ए देखो जी, चले भाई, चले भाई। हाँ जी बिल्कुल, देख लिया जी। लो जी पासा लवावण दा, देखो माशाल्लाह वो फिर पासा लावेगा, क्योंकि तुसी कहोगे शायद एक बारी पासा ला दिता होगा। तो यह वेखो, यह फिर यह देखो, यह यानी कि उन्होंने सिखा दिता है घोड़े नू किड्डा आराम नाल। वेखो पै गया जे, तो माशाल्लाह मेरे वीर ने सिखाया इनू, तो बहुत सियाना बछेरा है, बहुत सियाना। वो बिल्कुल पै गया थले, पहली दफ़ा तो चलो बंदा कहना ना कि पै जाए, तो हूँ जो दूजी दफ़ा पवे तो फिर एवं तो नहीं ना पैंदा। बन गई ये तो ठीक, बन गई। एक एक बारी होर जनाब, एक बारी होर लो। चल भाई, लो जनाब माशाल्लाह। लो जी शाजी, शाजी होर को इन्हों का नाम भी पूछने कि माशाल्लाह इन्हों के नाम की रखे ने जी। ओ, ओ, है जड़ा है इतना है जी मुर्तजिज, ते ओ जड़ा बड़ा है उदा नाम अशल है। अशल, अशल हो गया जी। लो जनाब ठीक है, इंदा इंदा नाम की हैगा जी? मुर्तजिज, मुर्तजिज इंदा नाम जी, मुर्तजिज हैगा जी। ते जेड़ा तुहानू पहले घोड़ा दिखाया है अशल, अशल ए जी मुर्तजिज ते अरशल। लो जनाब माशाल्लाह, तुहानू वीडियो चंगी लगी होवे ते लाइक एंड शेयर जरूर कीजिएगा। जे इस तरह का तुहाडे कोल भी कोई शौक है तो जनाब तुसी सानू जरूर दसना जे, और दिखाना जे बेलियां नू, ताकि असी भी खुश होइए। तो जनाब इजाजत चाहते हैं जी, नई वीडियो के इंशाल्लाह फिर मुलाकात होगी। वेख्या तुसी, तुहानू याद नहीं ना की मैसेज सी? मैसेज ये सी जनाब, बाबे दे चैनल नू लाइक करो, शेयर करो ते सबसक्राइब करो। तो जनाब वीडियो नू पूरा वेख्या करो, थोड़ी वीडियो ना वेख्या करो। तो साढ़े चैनल नू तुहाडे प्यार दी, तुहाडे मुहब्बत दी बहुत 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 अशल जरूरत है। तुहाडी जिहड़ी ए, तुहाडी जिहड़ी ए सपोर्ट की बहुत ज़्यादा जरूरत है जनाब। तो लो जनाब इजाजत चाहना जी, इंशाल्लाह फिर मुलाकात होगी उतों लैके आवें। संघड़ी भी है।
ਇਹ ਨੁਕਰਾ ਵੀ ਹੈ। ਅੱਛਾ, ਸਾਂਗੜੀ ਵੀ ਹੈ ਅਤੇ ਨੁਕਰਾ ਵੀ ਹੈ ਜੀ। ਇਹ ਦੋਨੋਂ ਅਸੀਂ ਐਵੇਂ ਟਰਾ ਕੇ ਇਹਨਾਂ 'ਤੇ ਅੰਦਰ ਲੈ ਜਾ ਪਾਵੇ, ਦੁੜਕੀ ਪਵਾ ਲੈ ਬਈਦਾ ਬਣ ਜਾ। ਮਾਸ਼ਾਅੱਲਾ ਜੀ, ਬਹੁਤ ਖੂਬਸੂਰਤ ਚੀਜ਼ ਹੈਗੀ ਹੈ। ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਜੇ ਦੋਸਤਾਂ ਨਾਲ, ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੋਵੇ। ਅਤੇ ਸਾਡੇ ਜਿਹੜੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ। ਬਾਰ ਬਾਰ ਮੈਂ ਹੁਣ ਇਸੇ ਦੇ ਉੱਤੇ ਜ਼ੋਰ ਦੇਣਾ ਕਿ ਜਨਾਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਪੂਰੀ ਵੀਡੀਓ ਵੇਖੋ, ਤਾਂ ਕਿ ਸ਼ੌਕ ਹੋਰ ਦੋਸਤਾਂ ਤੀਕ ਜਾਵੇ। ਅਤੇ ਦੋਸਤ ਆਉਂਦੇ ਨੇ, ਥੋੜ੍ਹੀ ਜਿਹੀ ਵੀਡੀਓ ਵੇਖਦੇ ਨੇ, ਅਗਾਂਹ ਲੰਘ ਜਾਂਦੇ ਨੇ, ਅਗਾਂਹ ਕਿੱਧਰ ਜਾਂਦੇ ਜੀ ਯਾਰ, ਅਗਾਂਹ ਕਿੱਧਰ ਜਾਂਦੇ ਜੀ, ਵੇਖੋ ਤੁਸੀਂ ਕਿੱਡੀ ਮਿਹਨਤ ਹੋ ਰਹੀ ਹੈ ਅਤੇ ਅੱਗੇ ਨਹੀਂ ਜਾਣਾ। ਠੀਕ ਹੈ ਜੀ, ਸ਼ਾਹ ਜੀ ਆਹ ਜਿਹੜਾ ਆਪਣਾ ਇਹ ਛੋਟਾ ਵਿਛੇਰਾ ਜੇ, ਇਹਦਾ ਨਾਮ ਕੀ ਹੈਗਾ ਰੱਖਿਆ ਜੇ? ਇਹ ਮੁਰਤਜ਼ ਹੈ। ਮੁਰਤਜ਼, ਅਤੇ ਉਹ ਜਿਹੜਾ ਆਪਣਾ ਵੱਡਾ ਹੈਗਾ ਘੋੜਾ ਅਸ਼ਲ, ਇਹ ਸਰ ਇਹਦਾ ਕੋਈ ਥੋੜ੍ਹਾ ਜਿਹਾ ਤਸ਼ਰੀਹ ਕਰ ਦਿਓ। ਲੋਕ ਕਹਿੰਦੇ ਨੇ ਜੀ, ਸਾਨੂੰ ਕਈਆਂ ਦੋਸਤਾਂ ਨੂੰ ਨਹੀਂ ਪਤਾ ਹੁੰਦਾ ਇਹਦਾ ਅਸ਼ਲ ਜਿਹੜਾ ਜੀ, ਇਹ ਹਜ਼ਰਤ ਅਬਾਸ ਦੇ ਘੋੜੇ ਦਾ ਨਾਂ ਸੀ। ਮਾਸ਼ਾ ਅੱਲਾ, ਠੀਕ ਹੈ ਜੀ। ਇਹ ਜਿਹੜਾ ਮੁਰਤਜ਼ ਹੈ, ਇਹ ਇਮਾਮ ਹੁਸੈਨ ਦੇ ਘੋੜੇ ਦਾ ਨਾਂ ਸੀ। ਸੁਭਾਨ ਅੱਲਾ, ਸੁਭਾਨ ਅੱਲਾ। ਲਓ ਜੀ, ਮਾਸ਼ਾ ਅੱਲਾ, ਜਿਹੜੇ ਦੋਸਤਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ। ਅਤੇ ਮਾਸ਼ਾ ਅੱਲਾ ਦੋਵੇਂ ਨਾਂ ਰੱਖੇ ਜੇ, ਹਜ਼ਰਤ ਅਬਾਸ ਦੇ ਘੋੜੇ ਦਾ ਨਾਮ ਜਨਾਬ ਇਹ ਹੈਗਾ ਸੀ ਮੁਰਤਜ਼, ਅਤੇ ਹਜ਼ਰਤ ਇਮਾਮ ਹੁਸੈਨ ਦੇ ਘੋੜੇ ਦਾ ਨਾਮ ਹੈਗਾ ਸੀ, ਨਹੀਂ ਹਜ਼ਰਤ ਅਬਾਸ ਦੇ ਘੋੜੇ ਦਾ ਨਾਮ ਸੀ ਅਸ਼ਲ। ਅਸ਼ਲ ਜੀ, ਅਤੇ ਮੁਰਤਜ਼ ਹਜ਼ਰਤ ਇਮਾਮ ਹੁਸੈਨ ਦੇ ਘੋੜੇ ਦੇ। ਲਓ ਜਨਾਬ, ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਅਤੇ ਲਓ ਜੀ, ਫਿਰ ਇਨਸ਼ਾਅੱਲਾ ਇਸ ਤਰ੍ਹਾਂ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਲਾ ਹਾਫਿਜ਼ ਫੀ ਮਾਨ ਅੱਲਾ ਜੀ।